ਸਾਥੀਓ ਕੀ ਹਾਲ ਚਾਲ ਸਸਰੀ ਕਾਲ ਸਭ ਨੂੰ ਸਵਾਗਤ ਆਪ ਸਭ ਦਾ ਤੁਹਾਡੇ ਆਪਣੇ YouTube ਚੈਨਲ एग्जाम ਫਿਰ ਤੁਮ ਚਤਾ ਦੋਸਤੋ ਲੈ ਕੇ ਆ ਚੁੱਕੇ ਹਾਂ ਜੀ ਜਮਾਤ 12ਵੀਂ ਹਿਸਟਰੀ ਦਾ एग्जाम ਜੀहां ਦੋਸਤੋ ਜੋ ਕਿ ਤੁਹਾਡਾ 15 ਜਨਵਰੀ 2024 ਨੂੰ ਹੋਣ ਜਾ ਰਿਹਾ ਪ੍ਰੀ ਬੋਰਡ ਪ੍ਰੀਖਿਆ 2024 ਤੇ ਇਹ ਹੈ ਜੀ ਤੁਹਾਡਾ एग्जाम ਤੁਸੀਂ ਦੇਖ ਸਕਦੇ ਹੋ ਪ੍ਰੀ ਬੋਰਡ ਇਗਜ਼ਾਮਸ 2024 ਰੈਣੀ 12ਵੀਂ ਤੇ ਵਿਸ਼ਾ ਹੈ ਜੀ ਇਤਿਹਾਸ ਹੈ ਨਾ ਹਿਸਟਰੀ ਤੇ ਸਭ ਤੋਂ ਪਹਿਲੇ ਜੀ ਟੋਟਲ ਅੰਕ ਹੋਣ ਜਾ ਰਹੇ ਨੇ ਜੀ 80 ਹੈ ਨਾ 80 ਨੰਬਰ ਦਾ ਕੁਐਸਚਨ ਪੇਪਰ ਹੋਣ ਜਾ ਰਿਹਾ ਹੈ ਤੇ ਟੋਟਲ ਟਾਈਮ ਜੀ 3 ਘੰਟੇ ਹੈ ਨਾ ਤਾਂ ਸਭ ਤੋਂ ਪਹਿਲਾਂ ਤੁਸੀਂ ਕੁਐਸਚਨ ਪੇਪਰ ਦੇਖ ਸਕਦੇ ਹੋ ਤੇ ਇਸ ਦਾ ਸੋਲੂਸ਼ਨ ਹੈ ਜੋ ਵੀ ਉਹ ਵੀ ਇਸੇ ਵੀਡੀਓ ਚ ਪ੍ਰੋਵਾਈਡ ਕਰਾਵਾਂਗੇ ਤਾਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਅਤੇ ਚੈਨਲ ਤੇ ਨਵੇਂ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਪ੍ਰੀ ਬੋਰਡ ਪ੍ਰੀਖਿਆ ਚ ਇਹ ਚੈਨਲ ਤੁਹਾਡੇ ਕੰਮ ਆਉਣ ਜਾ ਰਿਹਾ ਹੈ ਨਾ ਕੰਮ ਆਉਣ ਵਾਲਾ ਬਹੁਤ ਜ਼ਿਆਦਾ ਤੇ ਤੁਸੀਂ ਇਸ ਨੂੰ ਸਬਸਕ੍ਰਾਈਬ ਕਰ ਦਿਓ ਤੇ ਆਪਣੇ ਫਰੈਂਡਸ ਨਾਲ ਵੀ ਜ਼ਰੂਰ ਸ਼ੇਅਰ ਕਰ ਦੇਣਾ ਤਾਂ ਕਿ ਉਹਨਾਂ ਦੀ ਵੀ ਹੈਲਪ ਹੋ ਸਕੇ ਤਾਂ ਸਭ ਤੋਂ ਪਹਿਲਾਂ ਜੀ ਪਰਸ਼ਨ ਪੱਤਰ ਛੇ ਭਾਗਾਂ ਉੜਾ ਆੜਾ ਏਡੀ ਸਸਾ ਹਾਕ ਕਕ ਵਿੱਚ ਵੰਡਿਆ ਗਿਆ ਹੈ ਭਾਗ ਉੜਾ ਵਿੱਚ ਪਰਸ਼ਨ ਨੰਬਰ 1 ਦੇ 10 ਉਪ ਭਾਗ ਹਨ ਹਰੇਕ ਪਰਸ਼ਨ ਇੱਕ ਹਕ ਦਾ ਹੈ ਨਾ ਤੇ ਐਮਸੀਕਿਊ ਟਾਈਪ ਕੁਐਸਚਨ ਨਹੀਂ ਤਾਂ ਚਲੋ ਜੀ ਦੇਖਦੇ ਆਪਾਂ ਸਿੱਧਾ ਨਾ ਜ਼ਿਆਦਾ ਟਾਈਮ ਵੇਸ ਨਹੀਂ ਕਰਦੇ ਆ ਸਭ ਤੋਂ ਪਹਿਲੇ ਜੀ ਭਾਗ ਉੜਾ 10 ਕੁਐਸਚਨ ਨੇ ਬਹੁ ਵਿਕਲਪੀ ਪਰਸ਼ਨ ਯਾਨੀ ਕਿ ਐਮਸੀਕਿਊ ਟਾਈਪ ਕੁਐਸਚਨ ਹੈ ਨਾ ਤਾਂ ਇਹ ਆ ਜੀ ਤੁਹਾਡਾ ਕੁਐਸਚਨ ਫਰਸਟ ਕੁਐਸਚਨ ਹੈ ਉਹ ਈਸਟ ਇੰਡੀਆ ਕੰਪਨੀ ਅਧੀਨ ਨੌਕਰੀ ਕਰਦਾ ਸੀ ਉਸ ਨੇ ਤਾਰੀਖੇ ਪੰਜਾਬ ਨਾਮੀ ਗ੍ਰੰਥ ਦੀ ਰਚਨਾ ਕੀਤੀ ਸੀ ਕੀਤੀ ਠੀਕ ਹੈ ਉਪਰਕਤ ਸੰਤਰਾ ਵਿੱਚ ਕਿਸ ਦੀ ਗੱਲ ਕੀਤੀ ਗਈ ਹੈ ਹਨ ਤਾਂ ਇਸ ਦਾ ਸੋਲੂਸ਼ਨ ਆਪਾਂ ਲਾਸਟ کہیں ਪਹਿਲਾਂ ਆਪਾਂ ਕੁਐਸਚਨ ਦੇਖ ਲੈਣੇ ਹਨਾ ਇਸ ਦਾ ਸੋਲੂਸ਼ਨ ਵੀ ਤੁਹਾਨੂੰ ਲਾਸਟ ਵੀਡੀਓ ਦੇ ਅੰਤ 'ਚ ਜਰੂਰ ਆਸੀ ਪ੍ਰੋਵਾਈਡ ਕਰਾਂਗੇ ਤੇ ਉਸ ਦੀ ਪੀਡੀਐਫ ਫਾਈਲ ਵੀ ਤੁਹਾਨੂੰ ਸਾਡੇ ਟੈਲੀਗ੍ਰਾਮ ਜਾਂ ਫਿਰ ਵਟਸਐਪ ਗਰੁੱਪ 'ਚ ਜਰੂਰ ਮਿਲ ਜਾਵੇਗੀ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਦਿੱਤਾ ਗਿਆ ਹੈ ਜਾ ਕੇ ਜੁਆਇਨ ਕਰ ਲੈਣਾ ਜੀ ਦੂਜਾ ਕੁਐਸਚਨ ਦਿੱਤੇ ਗਏ ਨਕਸ਼ੇ ਵਿੱਚ ਅੰਕ 4 ਕਿਹੜਾ ਦੁਆਬ ਦਰਸਾਉਂਦਾ ਹੈ ਹਨਾ ਅੰਕ 4 ਕਿਹੜਾ ਦੁਆਬ ਦਰਸਾਉਂਦਾ ਹੈ ਹਨਾ ਤੇ ਇਹ ਜੀ ਤੁਹਾਡਾ ਕੁਐਸਚਨ ਅਦਾਲਤ ਤੇ ਆਲ ਰਾਜਿੰਦਰ ਸਿੰਘ ਦੇ ਨਿਆਂ ਪ੍ਰਬੰਧ ਦੀ ਮਹੱਤਵਪੂਰਨ ਵਿਸ਼ੇਸ਼ਤਾ ਸੀ ਤੇ ਇਹ ਕੁਐਸਚਨ ਹੈ ਜੀ ਤੁਸੀਂ ਜਲਦੀ ਜਲਦੀ ਇਹਨਾਂ ਨੂੰ ਨੋਟ ਕਰ ਲਓ ਆਪਾਂ ਜਿਆਦਾ ਟਾਈਮ ਨਹੀਂ ਵੇਸਟ ਕਰਦੇ ਹਨਾ ਤੁਸੀਂ ਇਹਨਾਂ ਨੂੰ ਦੇਖਦੇ ਰਹੋ ਹਨਾ ਤੇ ਇਸ ਦਾ ਸੋਲੂਸ਼ਨ ਅਸੀਂ ਹੁਣੇ ਪ੍ਰੋਵਾਈਡ ਕਰਾਵਾਂਗੇ ਤਾਂ ਇਹ ਜੀ ਤੁਹਾਡੇ ਕੁਐਸਚਨਸ ਐਮਸੀਕਿਊ ਟਾਈਪ ਕੁਐਸਚਨ ਹਨਾ ਉਸ ਤੋਂ ਬਾਅਦ ਇਹ ਪਾਗੜਾ ਹਰੇਕ ਪ੍ਰਸ਼ਨ ਦਾ ਉੱਤਰ ਇੱਕ ਸ਼ਬਦ ਜਾਂ ਫਿਰ ਇੱਕ ਵਾਕ ਵਿੱਚ ਦਿਓ 10 ਨੰਬਰਾਂ ਦੇ ਇਹ ਆਉਣ ਵਾਲਾ ਤਾਂ ਇਹ ਵੀ ਤੁਸੀਂ ਦੇਖ ਸਕਦੇ ਹੋ ਜਲਦੀ ਜਲਦੀ ਨੋਟ ਕਰ ਲਓ ਉਸ ਤੋਂ ਬਾਅਦ ਇਹ ਪਾਗ ਈਡੀ ਕੁੱਲ 5 ਪ੍ਰਸ਼ਨ ਕਰੋ ਹਰੇਕ ਭਾਗ ਵਿੱਚ 2 ਪ੍ਰਸ਼ਨ ਕਰਕੇ ਨਹੀਂ ਜ਼ਰੂਰੀ ਹਨ ਹਰੇਕ ਪ੍ਰਸ਼ਨ ਦਾ ਉੱਤਰ 30 35 ਸ਼ਬਦਾਂ ਵਿੱਚ ਦਿਓ ਤਾਂ 3 3 ਨੰਬਰਾਂ ਵਾਲੇ ਕੁਸ਼ਚਨ ਆਗੇ ਜੀ ਆਪਣੇ ਕੋਲੇ ਤੇ ਉਤੋ ਬਾਅਦ ਆ ਜੀ ਭਾਗ ਸੱਸਾ ਜਿਸ ਚ ਪੈਰਾ ਦਿੱਤਾ ਹੋਇਆ ਹੈ ਜਿਸ ਨੂੰ ਪੜ੍ਹ ਕੇ ਤੁਸੀਂ ਪ੍ਰਸ਼ਨਾਂ ਦੇ ਉੱਤਰ ਲੱਭਣੇ ਨੇ ਤਾਂ ਇਹ ਦੇਖੋ ਜੀ ਇਹ ਵੀ ਊੜਾ ਪਾਰਟ ਹੈ ਇਹਦਾ ਤੇ ਇਹ ਹੈ ਜੀ ਇਸ ਦਾ ਆੜਾ ਪਾਰਟ ਹੈ ਨਾ ਤੇ ਪੰਜ ਕੁਸ਼ਚਨ ਨੇ ਪੰਜ ਮਾਰਕਸ ਦਾ ਇਹ ਹੋਣ ਜਾ ਰਿਹਾ ਹੈ ਉਸ ਤੋਂ ਬਾਅਦ ਜੀ ਇਹ ਵੀ 5 ਮਾਰਕਸ ਦਾ ਹੈ ਜਿਹੜਾ ਇਹਦਾ ਪਾਰਟ ਭਾਗ ਆੜਾ ਹੈ ਹਨਾ ਉਸ ਤੋਂ ਬਾਅਦ ਜੀ ਭਾਗ ਹਾ ਹਾ ਤੇ 4% ਕਰੋ ਹਰੇਕ ਭਾਗ ਵਿੱਚ 2% ਕਰਨੇ ਜ਼ਰੂਰੀ ਹਨ ਹਰੇਕ ਪ੍ਰਸ਼ਨ ਦਾ ਉੱਤਰ 100 150 ਸ਼ਬਦਾਂ ਵਿੱਚ ਦਿਓ ਤੇ ਇਹ ਹੈ ਜੀ 4 ਕੁਐਸਚਨ 5-5 ਮਾਰਕਸ ਦੇ ਹਨਾ ਉਸ ਤੋਂ ਬਾਅਦ ਜੀ ਮਾਨ ਚਿੱਤਰ ਭਾਗ ਗਕਾ ਜਿਸ ਜੇ ਤੁਹਾਨੂੰ ਨਕਸ਼ਾ ਮਿਲੂਗਾ ਨਕਸ਼ੇ 'ਚ ਜੇ ਤੁਸੀਂ ਜਿਹੜੇ ਬੰਦਾ ਸਿੰਘ ਬਹਾਦਰ ਦੀ ਲੜਾਈ ਆ ਦੇ ਕੋਈ ਪੰਜ ਸਥਾਨ ਪਰੋ ਇਹ ਤੁਹਾਨੂੰ ਨਕਸ਼ੇ ਦਾ ਕੰਮ ਆਗੇ ਜੀ ਨਕਸ਼ੇ ਚ ਕਰਨਾ ਹੈ ਤਾਂ ਇੱਥੇ ਜੀ ਤੁਹਾਡਾ ਐਗਜ਼ਾਮ ਖਤਮ ਹੋ ਜਾਂਦਾ ਹੈ ਉਸ ਤੋਂ ਬਾਅਦ ਆਪਾਂ ਸੋਲੂਸ਼ਨ ਦੇਖਦੇ ਹਾਂ ਇਸ ਦਾ ਚਲੋ ਜੀ ਸੋਲੂਸ਼ਨ ਦੇਖਦੇ ਹਾਂ ਜੀ ਹਾਂ ਦੋਸਤੋ ਇਹ ਜੀ ਤੁਹਾਡਾ ਸੋਲੂਸ਼ਨ ਕਲਾਸ 2 ਹਿਸਟਰੀ ਸਭ ਤੋਂ ਪਹਿਲੇ ਜੀ ਭਾਗ ਊੜਾ ਬਹੁ ਵਿਕਲਪੀ ਪ੍ਰਸ਼ਨ ਐਮਸੀਕਿਊ ਟਾਈਪ ਕੁਐਸਚਨ ਫਰਸਟ ਕੁਐਸਚਨ ਹੈ ਜੀ ਪ੍ਰਦਾਨ ਕੀਤੇ ਲਾਈਨਾਂ ਵਿੱਚ ਜ਼ਿਕਰ ਕੀਤਾ ਵਿਅਕਤੀ ਏ ਗਣੇਸ਼ 10 ਵਡੇਰਾ ਹੈ ਹਨਾ ਇਹ ਫਰਸਟ ਕੁਐਸਚਨ ਦਾ ਆਨਸਰ ਹੈ ਜੀ ਤੇ ਦੂਜੇ ਕੁਐਸਚਨ ਦਾ ਆਨਸਰ ਹੈ ਜੀ ਬਾਰੀ ਦੁਆਬ ਤੀਜੇ ਕੁਐਸਚਨ ਦਾ ਆਨਸਰ ਹੈ ਅਦਾਲਤ-ਏ-ਆਲਾ ਦੇ ਮੁਖੀ ਨੂੰ ਕਾਰਦਾਰ ਕਿਹਾ ਜਾਂਦਾ ਸੀ ਤੇ ਉੱਤਰ ਜੋ ਚੌਥਾ ਕੁਐਸਚਨ ਹੈ ਉਸ ਦਾ ਆਨਸਰ ਜੀ ਤਲਬਾ ਭਾਈ ਲਾਲੂ ਜੀ ਹਨਾ ਉਸ ਤੋਂ ਬਾਅਦ ਜੀ ਫਕੀਰ ਅਜੀਜ਼ ਉਦਦੀਨ ਪ੍ਰਧਾਨ ਮੰਤਰੀ ਫੌਜ ਕਮਾਂਡਰ ਵਿੱਚ ਵਿਦੇਸ਼ ਮੰਤਰੀ ਸੀ ਤੇ ਉਸ ਤੋਂ ਬਾਅਦ ਜੀ ਸਹੀ ਮੇਲ ਉਹ ਥਾਂ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਉਹ ਹੈ ਜੀ ਸਰਹੰਦ ਸਾਹਿਬ ਹਨਾ ਸਰਹੰਦ ਉਸ ਤੋਂ ਬਾਅਦ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਲੜਾਈਆਂ ਦਾ ਸਹੀ ਕਾਲਕ੍ਰਮ ਕਰੋ ਚਮਕੌਰ ਸਾਹਿਬ ਖਿਦਰਾਨੰਦir ਮੋ ਬਸੋਲੀਆ ਨਾ ਤਾਂ ਇਹ ਸਾਰੇ ਕੁਸਚਨਾਂ ਦੇ ਅਨਸਰ ਦਿੱਤੇ ਹੋਏ ਨੇ ਇਸ PDF 'ਚ ਤੇ PDF ਜੇ ਤੁਸੀਂ ਡਾਊਨਲੋਡ ਕਰਨੀ ਹੈ ਸਾਡੇ WhatsApp ਜਾਂ ਫਿਰ Telegram ਗਰੁੱਪ ਨੂੰ ਜੁਆਇਨ ਕਰ ਲਓ ਲਿੰਕ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ ਹੈ ਉਸ ਤੋਂ ਬਾਅਦ ਜੀ ਭਾਗ ਅਡਾ 2-2 ਮਾਰਕਸ ਵਾਲੇ ਕੁਸਚਨ ਤਾਂ ਤੁਸੀਂ ਦੇਖਦੇ ਹੋ ਜੀ ਕਰਤਾਰਪੁਰ ਸਾਹਿਬ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਇੱਕ ਪਵਿੱਤਰ ਸਥਾਨ ਹੈ ਜਿੱਥੇ ਉਹਨਾਂ ਨੇ ਇੱਕ ਕਮਿਊਨਿਟੀ ਸਥਾਪਨਾ ਕੀਤੀ ਅਤੇ ਆਪਣੇ ਜੀਵਨ ਦੇ ਅੰਤ ਸਾਲਾਂ ਤੱਕ ਰਹੇ ਤੇ ਇਹ ਹੈ ਜੀ ਤੁਹਾਡਾ ਸਾਰਾ ਸੋਲਿਊਸ਼ਨ ਉਸ ਤੋਂ ਬਾਅਦ 8th ਕੁਐਸਚਨ 9th ਕੁਐਸਚਨ 10th ਉਸ ਤੋਂ ਬਾਅਦ ਜੀ ਭਾਗ ਏ ਗੁਰੂ ਅੰਗਦ ਦੇਵ ਜੀ ਦਾ ਗੁਰਮੁਖੀ ਲਿਪੀ ਵਿੱਚ ਯੋਗਦਾਨ ਉਹਨਾਂ ਨੇ ਗੁਰੂ ਨਾਨਕ ਸਾਹਿਬ ਸੋਰੀ ਗੁਰੂ ਨਾਨਕ ਸਾਹਿਬ ਦੁਆਰਾ ਸ਼ੁਰੂ ਕੀਤੀ ਗੁਰਮੁਖ ਲਿਪੀ ਨੂੰ ਅਪਣਾਇਆ ਤੇ ਸੁਧਾਰਿਆ ਜੋ ਸਿੱਖ ਧਰਮ ਧਾਰਮਿਕ ਲਿਖਤਾਂ ਲਈ ਮਹੱਤਵਪੂਰਨ ਹੈ ਠੀਕ ਹੈ ਉਸ ਤੋਂ ਬਾਅਦ ਜੀ ਮਸੰਦ ਪ੍ਰਥਾ ਮਸੰਦ ਪ੍ਰਣਾਲੀ ਵਿੱਚ ਸਿੱਖ ਗੁਰੂਵੰਦਾਰਾ ਧਾਰਮਿਕ ਅਤੇ ਪਾਈਚਾਰਕ ਕਮਾਂ ਲਈ ਨਿਯੁਕਤੀ ਕੀਤੇ ਗਏ ਨੁਮਾਇंदे ਸ਼ਾਮਲ ਸਨ ਤਾਂ ਇਹ ਸਾਰਾ ਤੁਹਾਡਾ ਸੋਲੂਸ਼ਨ ਹੈ ਜੀ ਤੇ ਇਹਨਾਂ ਨੂੰ ਨੋਟ ਕਰਦੇ ਰਹੋ ਤੇ ਉਸ ਤੋਂ ਬਾਅਦ ਜੀ ਭਾਗ 7 ਲਿਪੀ ਦੀ ਵਰਣਮਾਲਾ 35 ਗੁਰੂ ਅੰਗਦ ਦੇਵ ਜੀ ਦੇ ਦੁਆਰਾ ਗੁਰਮੁਖੀ ਲਿਪੀ ਨੂੰ ਆਪਣਾਉਣ ਨਾਲ ਜੁੜੀ ਹੋਈ ਹੈ ਤੇ ਉਸ ਤੋਂ ਬਾਅਦ ਜੀ ਜਿਹਦ ਇਸਲਾਮ ਵਿੱਚ ਇੱਕ ਧਾਰਮਿਕ ਫਰਜ਼ ਨੂੰ ਦਰਸਾਉਂਦਾ ਹੈ ਜਿਸ ਦਾ ਅਕਸਰ ਪਵਿੱਤਰ ਯੁੱਧ ਵਜੋਂ ਅਨੁਵਾਦ ਕੀਤਾ ਜਾਂਦਾ ਹੈ ਇੱਕ ਸੰਘਰਸ਼ ਨੂੰ ਦਰਸਾਉਂਦਾ ਹੈ ਜਾਂ ਵੱਖ-ਵੱਖ ਧਾਰਮਿਕ ਅਤੇ ਨੈਤਿਕ ਆਦਰਸ਼ਾਂ ਲਈ ਯਤਨ ਕਰਦਾ ਹੈ ਪੈਰਾ ਵਿੱਚ ਚਰਚਾ ਕੀਤੀ ਗਈ ਲੜਾਈ ਮਾਰਚ 1823 ਵਿੱਚ ਅਟਕ ਅਤੇ ਪਿਸਾਵਰ ਦੇ ਨੇੜੇ ਅਫਗਾਨਾਂ ਤੇ ਸਿੱਖਾਂ ਵਿਚਕਾਰ ਹੋਈ ਲੜਾਈ ਹੈ ਕਾਬੁਲ ਅਫਗਾਨਿਸਤਾਨ ਦੀ ਰਾਜਧਾਨੀ ਹੈ ਨਾ ਇਹ ਸਾਰਾ ਸਲੂਸ਼ਨ ਹੈ ਜੀ ਉਸ ਰਾਜ ਦੀ 5th ਪਾਰਟ ਹੈ ਨਾ ਉਹਦਾ ਉਸ ਜਿਸ ਦਾ ਅਨਸਰ ਤੁਹਾਨੂੰ ਪ੍ਰੋਵਾਈਡ ਕਰਵਾਇਆ ਹੋਇਆ ਹੈ ਜੀ ਤੇ ਉਸ ਤੋਂ ਬਾਅਦ ਉਸ ਦਾ ਆੜਾ ਹੈ ਜੀ ਸਿੱਖਾਂ ਵਿਰੋਧ ਮੀਰ ਮੰਨੂ ਦੀ ਅਸਫਲਤਾ ਦੇ ਕਾਰਨ ਹੈ ਨਾ ਸਾਰਾ ਕੁਐਸਚਨ ਸਾਰੇ ਕੋਸ਼ਿੰਦੇ ਜੋ ਸੋਲੂਸ਼ਨ ਨੇ ਤੁਹਾਨੂੰ ਦਿੱਤੇ ਹੋਏ ਐ ਉਸ ਤੋਂ ਬਾਅਦ ਜੀ ਆਪਣੇ ਕੋਲ ਆ ਗਈ ਪਹਿਲੀ ਐਂਗਲੋ ਸਿੱਖ ਜੰਗ ਦੇ ਕਾਰਨ ਪਹਿਲੀ ਐਂਗਲੋ ਸਿੱਖ ਜੰਗ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਅਤੇ ਸਿੱਖ ਸਾਮਰਾਜ ਦਰਮਿਆਨ ਵਾਦੇ ਦੇ ਤਨਾਮ ਮੁੱਖ ਤੌਰ ਤੇ ਸਰਹੱਦੀ ਵਿਵਾਦਾਂ ਵਪਾਰਕ ਦਰਾਂ ਤੇ ਬ੍ਰਿਟਿਸ਼ ਦੁਆਰਾ ਪੰਜਾਬ ਖੇਤਰ ਵਿੱਚ ਆਪਣਾ ਪ੍ਰਭਾਵ ਬਦਾਉਣ ਦੀ ਇੱਛਾ ਕਾਰਨ ਹੋਈ ਸੀ ਉਸ ਤੋਂ ਬਾਅਦ ਜੀ ਭਾਗ ਕ ਕਾ ਹੈ ਨਾ ਬੰਦਾ ਸਿੰਘ ਬਹਾਦਰ ਦੀਆਂ ਲੜਾਈਆਂ ਨਾਲ ਸੰਬੰਧਿਤ ਸਨਮਾਨ ਸੌਰੀ ਸ ਸਥਾਨ ਚਾਰਟ ਲਈ ਤੁਸੀਂ ਮਹੱਤਵਪੂਰਨ ਲੜਾਈਆਂ ਨੂੰ ਪਰਚ ਸਕਦੇ ਹੋ ਜਿਵੇਂ ਕਿ ਸਰਹੰਦ ਦੀ ਲੜਾਈ ਸੀ ਛੱਪੜੀ ਦੀ ਲੜਾਈ ਸਮਾਣਾ ਦੀ ਲੜਾਈ ਸਡੋਰੇ ਦੀ ਲੜਾਈ ਗੁਰਦਾਸ ਨੰਗਲ ਦੀ ਲੜਾਈ ਹਨ ਉਸ ਤੋਂ ਬਾਅਦ ਪੰਜਾਬ ਵਿੱਚ ਦੂਜੀ ਐਂਗਲੋ ਸਿੱਖ ਜੰਗ ਲੜਾਈਆਂ ਲਈ ਮੁੱਖ ਸਥਾਨਾਂ ਵਿੱਚ ਸ਼ਾਮਲ ਹੋ ਸਕਦੇ ਨੇ ਚਿਲੀਆਂ ਵਾਲਾ ਦੀ ਲੜਾਈ ਗੁਜਰਾਤ ਦੀ ਲੜਾਈ ਰਾਮਨਗਰ ਦੀ ਲੜਾਈ ਅਲੀਵਾਲ ਦੀ ਲੜਾਈ ਸੋਬਰਾਓ ਦੀ ਲੜਾਈ ਹਨ ਇਥੋ ਜੀ ਤੁਹਾਡਾ ਐਗਜ਼ਾਮ ਹੀ ਖਤਮ ਹੋ ਜਾਂਦਾ ਹੈ ਨਾ ਤੇ ਮਾਫ ਕਰਨਾ ਜੀ ਜੇ ਵੀਡੀਓ ਚ ਕੋਈ ਗਲਤੀ ਹੋਈ ਹੈ ਨਾ ਬਿਕੋਜ਼ ਜਲਦੀ ਜਲਦੀ ਜੀ ਬਣਾ ਰਹੇ ਹਾਂ ਤੇ ਤੁਸੀਂ ਇਸ ਦੇ ਪੀਡੀਐਫ ਨੂੰ ਆਰਾਮ ਨਾਲ ਡਾਊਨਲੋਡ ਕਰਕੇ ਆਰਾਮ ਨਾਲ ਸਾਰੇ ਕੁਐਸਚਨ ਨੂੰ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਤਾਂ ਤੁਸੀਂ ਉਸ ਤਰੀਕੇ ਨਾਲ ਆਪਣੀ ਤਿਆਰੀ ਕਰ ਸਕਦੇ ਹੋ ਤੇ ਇਹ ਵੀਡੀਓ ਦਾ ਇੱਥੇ ਤੱਕ ਸੀ ਹੈ ਨਾ ਤੇ ਹੋਰ ਵੀਡੀਓ ਆਉਂਦੇ ਆ ਰਹਿਣਗੇ ਤਾਂ ਜ਼ਰੂਰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਆਪਣੇ ਫਰੈਂਡਸ ਨਾਲ ਵੀ ਜ਼ਰੂਰ ਸ਼ੇਅਰ ਕਰ ਦੇਣਾ ਤਾਂ ਚਲੋ ਜੀ ਮਿਲਦੇ ਹਾਂ ਨਈ ਵੀਡੀਓ ਨਾਲ